इस वेले की वड्डी खबर सामने आ रही है अमृतसर तो, जिथे कि एक कलयुगी माँ दवाई दवाउण दे बहाने अपनी एक मासूम छोटी जिही बच्ची नूं डॉक्टर की दुकान दे नाल लगदी कपड़े की दुकान ते छड़ के फरार हो गई। उत्थे ही भुख प्यास नाल ए बच्ची रो रो कुरला रही सी ते जिथे इसकी माँ इसनूं छड़ के फरार हो गई। उत्थे ही मौके ते पुज्जी पुलिस मामले की जांच विच जुट गई है तां जो इस बच्ची दे मापियां दा पता लगा इस बच्ची नूं जल्द तो जल्द इस दे मापियां तक पहुँचाया जा सके। आओ देखो बाकी तुसी की है ये पूरा मामला। ਕਿਹੜੀ ਦੁਕਾਨ ਤੇ ਕੰਮ ਕਰਦੇ ਜੀ? ਇਹ ਬੱਚਾ ਕਿੱਥੋਂ ਦਾ ਕੋ ਪਤਾ? ਅਰੇ ਤੇ ਅੰਕਲ ਇਹਨਾਂ ਦੀ ਮਦਰ 6 ਮਹੀਨੇ ਪਹਿਲੇ ਆਈ ਸੀ ਦਵਾਈ ਲੈਣ। ਹੂੰ। ਤੇ ਬਾਅਦ ਚ ਅੱਜ ਤਾਂ ਨਹੀਂ ਮੈਨੂੰ ਪਤਾ ਕਿਹੜੇ ਟਾਈਮ ਛੱਡ ਗਈ। ਅੱਜ ਮੈਂ ਦੁਕਾਨ ਤੇ ਲੇਟ। ਦੁਕਾਨ ਤੇ ਆਏ ਤੁਸੀਂ? ਅੱਜ ਮੈਂ ਲੇਟ ਸੀ। ਦੁਕਾਨ ਖੋਲੀ ਸੀ ਤੂੰ? ਨਹੀਂ ਨਹੀਂ ਉਹ ਕੱਪੜੇ ਵਾਲੇ ਨੇ ਖੋਲੀ ਸੀ ਦੁਕਾਨ। ਇਹ ਅੱਗੇ ਵੀ ਦਵਾਈ ਲੈਣ ਆਉਂਦੇ ਤੁਹਾਡੇ ਕੋਲ? ਹਾਂਜੀ ਹਾਂਜੀ। ਇਹ ਪਤਾ ਕਿਹੜੇ ਪਿੰਡ ਦੇ ਕੋਈ? ਕੱਕੜਾਂ ਦੀ ਅੰਕਲ ਜੀ। ਕੱਕੜਾਂ ਦੇ ਨੇ? ਹਾਂਜੀ ਉਹ ਉਹਨਾਂ ਨੇ ਤੇ ਇਹੀ ਦੱਸਿਆ ਕਿ ਕੱਕੜਾਂ ਦੀ। ਅੱਛਾ। ਕਿੰਨਾ ਟਾਈਮ ਹੋ ਗਿਆ ਇਹਨੂੰ? ਕਿੰਨਾ ਟਾਈਮ ਹੋ ਗਿਆ ਇਹ ਕਦੋਂ ਕਿੰਨਾ ਟਾਈਮ ਤੇ ਛੱਡ ਕੇ ਗਏ ਨੇ? ਇਹ ਲੱਗਦਾ ਹੈ ਕਿ ਪਤਾ ਮੈਂ ਅੱਜ ਬਹੁਤ ਲੇਟ ਸੀ ਕੱਪੜੇ ਵਾਲਿਆਂ ਨੂੰ ਫੜਾ ਕੇ ਗਏ ਸੀ ਬੱਚਾ। ਅੱਛਾ। ਤੋਂ ਬਾਅਦ ਚ ਆਇਆ ਨਹੀਂ ਹਲੇ ਤੱਕ? ਰੋਦੋਂ ਨਾ ਬਾਅਦ ਚ ਹਲੇ ਤੱਕ ਨਹੀਂ ਉਹ ਆਏ। ਮੈਂ ਕਰੀ ਬੱਚਾ ਨਹੀਂ ਚੁੱਕਿਆ ਮੈਨੂੰ ਨਹੀਂ ਜਾ ਜਾ ਮੈਂ ਸੁੱਟ ਦੂੰਗਾ ਅਤੇ ਬਾਅਦ ਚੋਂ ਫਿਰ ਉਹ ਕਹਿੰਦੇ ਨਹੀਂ 2 ਮਿੰਟ ਫੜ ਲਓ ਮੈਂ ਹੁਣੇ ਆ ਜਾਂਦਾ ਅਤੇ ਇੱਥੋਂ ਮਾੜਾ ਜਿਹਾ ਲਾਗੇ ਗਏ ਆ ਉੱਥੋਂ ਫਿਰ ਭੱਜ ਗਏ ਅਤੇ ਬੱਚੇ ਨੂੰ ਕਿੰਨੇ ਕੁ ਟਾਈਮ ਦੀ ਗੱਲ ਹੈ? ਕੱਲੀ ਹੀ ਜਾਨੀ ਕੋ? ਹਾਂਜੀ ਕੱਲੀ ਹੀ। ਕੋ ਪਛਾਣ ਹੈਗੀ ਉਹਦੀ ਤੁਹਾਨੂੰ? ਸਕਾਈ ਬਲੂ ਕਲਰ ਦਾ ਉਹਨਾਂ ਨੇ ਸੂਟ ਪਾਇਆ। ਕੋ ਪਛਾਣ ਹੈਗੀ ਉਹਦੀ ਤੁਹਾਨੂੰ? ਬਸ ਸੂਟ ਦਾ ਬੜਾ ਸਕਾਈ ਬਲੂ ਕਲਰ ਦਾ ਸੂਟ ਪਾਇਆ ਹੈ ਨਾਲ ਫੋਨ ਹੀ ਵਧੀਆ ਫੜਿਆ। ਕਿਹੜੀ ਦੁਕਾਨ ਤੇ ਆਏ ਦਵਾਈ ਲੈਣ ਤੇ ਤੁਹਾਡੇ ਕੋਲ ਆਏ? ਨਹੀਂ ਇੱਥੇ ਆਏ ਸਵੇਰੇ 6:15 ਹੀ ਆ ਗਏ। ਇੱਥੇ ਆ ਕੇ ਕਹਿੰਦੇ ਮੈਂ ਦਵਾਈ ਲੈਣੀ ਆ ਤੇ ਪਾਪਾ ਮੇਰੇ ਇੱਥੇ ਤੇ ਪਾਪਾ ਕਹਿੰਦੇ ਤੁਸੀਂ ਇੱਥੇ ਬਹਿ ਜਾਓ ਉਹਨਾਂ ਨੇ 12 ਵਜੇ ਆਉਣਾ ਤੋ ਇੱਥੇ ਬਹਿ ਗਏ। ਇਸ ਤੋਂ ਬਾਅਦ ਉੱਦਾਂ ਮੈਨੂੰ ਕਹਿ ਗਏ ਹੁਣ ਤੁਸੀਂ ਮੁੜ ਕੇ ਕੀ ਕੀਤਾ? ਫਿਰ ਬਾਅਦ 'ਚੋਂ ਸੁੱਚਾ ਜੀ ਰੋਈ ਜਾਣ ਦੀ ਉਸ ਤੋਂ ਫਿਰ ਬਾਜ਼ਾਰ ਉਹਦੇ ਵਾਸਤੇ ਸੀਜੀ ਲੈ ਕੇ ਉਹਨੂੰ ਦੁੱਧ ਪਿਆਤਾ ਨਾਲ ਡਾਈਪਰ ਲਾ ਤਾ ਹੁਣ ਅੰਦਰ ਪੁਲਿਸ ਆਈ ਆ ਰਿਪੋਰਟ ਲਿਖਾਈ ਆ ਅਤੇ ਉਹਨਾਂ ਨੇ ਵੀ ਫੋਟੋ ਖਿੱਚ ਲਈ ਰਿਪੋਰਟ ਲਿਖ ਲਈ ਆ। ਬੱਚੀ ਮਿਲ ਗਈ ਜੀ ਜਗਾਵਾਂ ਤੋਂ ਮਿਲ ਗਈ ਸੀਗੀ। ਬੱਚੀ ਦਾ ਨਾਂ ਜਸਰੀਨ ਕੌਰ ਸੀਗਾ ਅਤੇ ਉਹਦੀ ਮਦਰ ਦਵਾਈ ਦਵਾਉਣ ਆਈ ਉਹਨੂੰ ਸਵੇਰੇ ਅਤੇ ਡਾਕਟਰ ਦੀ ਦੁਕਾਨ ਕਿਤੇ ਖੁੱਲ੍ਹੀ ਨਹੀਂ ਸੀ ਅਤੇ ਨਾਲ ਦੀ ਦੁਕਾਨ ਨੂੰ ਫੜਾ ਕੇ ਅਤੇ ਬਾਥਰੂਮ ਦੇ ਬਹਾਨੇ ਗਈ ਅਤੇ ਮੁੜ ਕੇ ਵਾਪਸ ਨਹੀਂ ਆਈ। ਉਹ ਫਿਰ ਆਪਾਂ ਆਪਣੇ ਤੌਰ 'ਤੇ ਭਾਲ ਕੀਤੀ ਅਤੇ ਉਹ ਕੱਕੜਾਂ ਦੀ ਸੀ ਬੱਚੀ ਉਹਨਾਂ ਦੇ ਦਾਦਾ ਅਤੇ ਦਾਦੀ ਦੇ ਹਵਾਲੇ ਕਰ ਦਿੱਤੀ ਹੈ। ਕਿੰਨੀ ਉਮਰ ਦੀ ਬੱਚੀ? 6 ਮਹੀਨੇ ਦੀ ਸੀ ਬੱਚੀ ਜੀ। ਕਦੋਂ? ਇਹ ਕਹਿੰਦੇ ਪਹਿਲਾਂ ਦੀ ਗਈ ਹੈ 10-15 ਦਿਨ ਹੋ ਗਏ ਅਤੇ ਇੱਕ ਲੜਕਾ ਇਹਦੇ ਦਾਦੀ ਦਾਦਾ ਕੋਲ ਪਹਿਲਾਂ ਹੀ ਹੈਗਾ ਸੀਗਾ ਅਤੇ ਘਰ ਵਾਲਾ ਇਹਦਾ ਦੁਬਈ ਗਿਆ ਹੋਇਆ। ਹੁਣ ਲੈ ਗਏ ਪਿੰਡ ਆਪਦੇ? ਹਾਂਜੀ ਹਾਂਜੀ। ਕੀ ਕਾਰਵਾਈ ਚੱਲਦੀ? ਪੜਤਾਲ ਕਰ ਰਹੇ ਹਾਂ ਜੀ ਵੀ ਕਿੱਦਾਂ ਗਈ ਕੀ ਗੱਲਬਾਤ ਹੋਈ ਹੈ ਸਾਰੀ ਛਾਣਬੀਣ ਕਰਕੇ ਜੋ ਕਾਰਵਾਈ ਹੋ ਗਈ ਕੀਤੀ ਗਈ। ਅਜਿਹੀ ਕੋਈ ਪਰੇਸ਼ਾਨੀ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ। ਕੀ ਤੁਸੀਂ ਪਰੇਸ਼ਾਨ ਹੋ ਤਾਂ ਅੱਜ ਹੀ ਸੰਪਰਕ ਕਰੋ ਮੀਆਂ ਸੁਬੇਰ ਖਾਨ 98154-6154 ਪਤਾ ਲੁਧਿਆਣਾ। 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਕੰਮ ਦੀ ਗਾਰੰਟੀ ਅਸਟਾਮ ਪੇਪਰ ਤੇ ਲਿਖ ਕੇ ਲਵੋ। ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਮੋਹਣੀ ਵਸ਼ੀਕਰਨ ਕਰਵਾਓ। ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ। ਪਰੇਸ਼ਾਨੀ ਜਿਵੇਂ ਪਿਆਰ ਚ ਧੋਖਾ ਪ੍ਰੇਮੀ ਪ੍ਰੇਮਿਕਾ ਚ ਝਗੜਾ ਸੌਤਨ ਦੁਸ਼ਮਣ ਦਾ ਖਾਤਮਾ ਤਲਾਕ ਕੇਸ ਵਿਦੇਸ਼ ਯਾਤਰਾ ਜ਼ਮੀਨੀ ਝਗੜਾ ਕਰਜ਼ਾ ਮੁਕਤੀ। ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ। ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੀਆਂ ਸੁਬੇਰ ਖਾਨ 98154-6154 ਪਤਾ ਲੁਧਿਆਣਾ।